हे गाइस, वेलकम बैक। हुणे हुणे मैं ग्रोसरी करके आई हाँ। अज ग्रोसरी दे विच मैं लैके आंदा साग। साग बनाऊंगी अज। एक्चुअली अज मैं अपना ब्लॉग आफ्टरनून तो स्टार्ट कर रही हूँ। सब तो पहला मैं भांडे रखूंगी क्योंकि मैं साग भी वॉश करना हुंदा आ सिंक दे विच। एंड वॉश्ड होए आ जिहड़े भांडे लाइक डिश वॉशर च कीते आ मैं वॉश, उन्हां नूं मैं पहला ऑर्गेनाइज कर दूंगी। एंड जल्दी ना भांडे चा के अज साग बनाऊंगी। जिस दिन मैं गई साग बनाना आंदा ना, मेरा बहुत सारा टाइम वेस्ट हुंदा। लाइक साग बहुत ज़्यादा टाइम लै जाता, पहला उन्हों वॉश करना, कटना, बनाना, यू नो सो मच। सो हुण जल्दी ना भांडे रख के सिंक नूं क्लीन करके वॉश करके फिर आपां प्रैप करदे हां साग। ਹੁਣ ਜਿਹੜੇ ਲੈਫਟ ਓਵਰ ਭਾਂਡੇ ਆ ਸਿੰਕ ਦੇ ਵਿੱਚ, ਇਹਨਾਂ ਨੂੰ ਮੈਂ ਰਿੰਸ ਕਰਕੇ ਡਿਸ਼ ਵਾਸ਼ਰ ਦੇ ਵਿੱਚ ਰੱਖ ਦੂੰਗੀ। ਜਦੋਂ ਸਾਗ ਬਣਾਉਣਾ ਹੁੰਦਾ ਮੈਂ ਬਹੁਤ ਸਾਰੇ ਭਾਂਡੇ ਲਵੇਟਦੀ ਹਾਂ। ਤੁਸੀਂ ਵੀ ਐਵੇਂ ਕਰਦੇ ਹੋ ਜਿੱਦੋਂ ਲਾਈਕ ਤੁਸੀਂ ਕੁਕਿੰਗ ਕਰਨੀ ਹੁੰਦੀ ਆ? ਫੋਰ ਐਗਜ਼ਾਮਪਲ ਜਦੋਂ ਗੈਸਟ ਆਉਂਦੇ ਉਹਨਾਂ ਲਈ ਕੁਕਿੰਗ ਕਰਦੇ, ਕਿੰਨੇ ਸਾਰੇ ਭਾਂਡੇ ਲਵੇਟ ਲੈਂਦੇ ਮੇਰੇ ਵਾਂਗੂ। ਮੈਂ ਤਾਂ ਬਹੁਤ ਗੰਦ ਪਾਉਂਦੀ ਹਾਂ ਭਾਂਡਿਆਂ ਦੇ ਨਾਲ। ਚਲੋ ਐਨੀਵੇ, ਇਹਨਾਂ ਨੂੰ ਚੱਕ ਕੇ ਫਿਰ ਆਪਾਂ ਕਰਦੇ ਹਾਂ ਸਾਗ ਦਾ ਕੰਮ ਅੱਜ। ਓਕੇ, ਭਾਂਡੇ ਹੋ ਗਏ ਆ ਕਲੀਨ ਗਾਈਜ਼, ਐਂਡ ਸਿੰਕ ਵੀ ਨੀਟ ਐਂਡ ਕਲੀਨ ਹੋ ਗਈ ਆ। ਐਂਡ ਦੇ ਵਿੱਚ ਇਹਨੂੰ ਡੀਪ ਕਲੀਨ ਕਰੂੰਗੀ ਜਦੋਂ ਸਾਰਾ ਕੁਝ ਡਨ ਹੋ ਜੂਗਾ। ਹੁਣ ਮੈਂ ਸਾਗ ਨੂੰ ਵਾਸ਼ ਕਰੂੰਗੀ। ਸੋ ਸਾਗ ਦੇ ਵਿੱਚ ਲਾਈਕ ਏਰੋਪੀਨੀ ਇਹ ਸਾਗ ਯੂਜ਼ ਕਰਦੀ, ਇਹਦੇ ਨਾਲ ਮੈਂ ਪਾਲਕ, ਮੇਥੀ, ਧਨੀਆ ਐਂਡ ਆਈ ਥਿੰਕ ਸਾਰਾ ਕੁਛ ਕਹਿਤਾ ਮੈਂ, ਰਾਈਟ? ਇਹਨਾਂ ਨੂੰ ਇਕੱਲੀਆਂ ਇਕੱਲੀਆਂ ਚੀਜ਼ਾਂ ਨੂੰ ਮੈਂ ਵਾਸ਼ ਕਰੂੰਗੀ। ਐਂਡ ਹਰ ਇੱਕ ਲਾਈਕ ਲੀਫ ਨੂੰ ਮੈਂ ਚੰਗੀ ਤਰ੍ਹਾਂ ਵਾਸ਼ ਕਰਦੀ ਹਾਂ ਕਿਉਂਕਿ ਇਹਨਾਂ ਦੇ ਵਿੱਚ ਕੁਛ ਹੋਵੇ ਨਾ। ਮੋਸਟਲੀ ਇੱਥੇ ਜਦੋਂ ਵੀ ਮੈਂ ਸਬਜ਼ੀ ਕੋਈ ਲੈ ਕੇ ਆਈ ਹਾਂ, ਕਦੀ ਵੀ ਬੰਗ ਨਹੀਂ ਉਹਦੇ 'ਚ ਨਿਕਲੀ, ਟੱਚ ਵੁੱਡ। ਸੋ ਕਲੀਨ ਹੀ ਹੁੰਦੀ ਆ ਹਰ ਇੱਕ ਸਬਜ਼ੀ। ਸੋ ਫਿਰ ਵੀ ਮੈਂ ਉਹਨਾਂ ਨੂੰ ਚੰਗੀ ਤਰ੍ਹਾਂ ਵਾਸ਼ ਕਰ ਰਹੀ ਹਾਂ। ਇੱਕ ਸਾਈਡ 'ਤੇ ਬੜੇ ਪਤੀਲੇ ਦੇ ਵਿੱਚ ਮੈਂ ਪਾਣੀ ਰੱਖ ਦਿੱਤਾ। ਐਂਡ ਹੁਣ ਮੈਂ ਸਾਗ ਨੂੰ ਕੱਟ ਕੇ ਫਿਰ ਥੋੜ੍ਹਾ ਥੋੜ੍ਹਾ ਐਡ ਕਰਦੀ ਰਹਿੰਦੀ ਹਾਂ। ਐਂਡ ਪੰਜਾਬੀ ਸਟਾਈਲ ਮੈਂ ਸਾਗ ਬਣਾ ਰਹੀ ਹਾਂ। ਐਂਡ ਤੁਸੀਂ ਵੀ ਆਪਣੀ ਰੈਸਪੀ ਮੇਰੇ ਨਾਲ ਸ਼ੇਅਰ ਕਰਿਓ ਕਿ ਤੁਸੀਂ ਕਿੱਦਾਂ ਬਣਾਉਂਦੇ ਆ। ਮੈਂ ਆਪਣੇ ਸਟਾਈਲ ਦੇ ਨਾਲ ਤੁਹਾਡੇ ਨਾਲ ਸ਼ੇਅਰ ਕਰ ਰਹੀ ਹਾਂ। ਸੋ ਪਹਿਲਾਂ ਤਾਂ ਸਾਗ ਨੂੰ ਕੱਟ ਕੇ ਐਂਡ ਪਾਲਕ, ਮੇਥੀ, ਧਨੀਆ ਵੀ ਮੈਂ ਥੋੜ੍ਹਾ ਜਿਹਾ ਇਹ 'ਚ ਪਾਉਂਦੀ ਹੁੰਦੀ ਹਾਂ। ਇਹ ਸਾਰੀਆਂ ਚੀਜ਼ਾਂ ਨੂੰ ਮੈਂ ਕੱਟ ਕੇ ਫਿਰ ਇਹਨੂੰ ਮੈਂ ਪਾਣੀ ਦੇ ਵਿੱਚ ਪਾ ਦੇਣਾ। ਹੌਲੀ ਹੌਲੀ ਫਿਰ ਰਿੱਝਦਾ ਰਹਿੰਦਾ ਸਾਗ। ਐਂਡ ਸਮ ਟਾਈਮ ਮੈਂ ਇਹਦੇ ਵਿੱਚ ਗਾਰਲਿਕ ਐਂਡ ਜਿੰਜਰ ਜਿਹੜੇ ਹੁੰਦੇ ਨਾ ਕਿਊਬਸ, ਉਹ ਵੀ ਪਾ ਦਿੰਦੀ ਹਾਂ। ਐਂਡ ਸਮ ਟਾਈਮ ਮੈਂ ਤੜਕੇ 'ਚ ਹੀ ਐਡ ਕਰਦੀ ਹਾਂ। ਸੋ ਇੱਦਾਂ ਛੋਟਾ ਛੋਟਾ ਵੱਡਾ ਵੱਡਾ ਕੱਟ ਕੇ ਮੈਂ ਪਾ ਦਿੰਦੀ ਕਿਉਂਕਿ ਐਂਡ ਦੇ ਵਿੱਚ ਇਹਨੂੰ ਮੈਂ ਬਲੈਂਡਰ ਦੇ ਨਾਲ ਬਲੈਂਡ ਹੀ ਕਰਨਾ ਹੁੰਦਾ। ਸੋ ਆਈ ਐਮ ਨੋਟ ਵਰੀ ਅਬਾਊਟ ਕਿ ਛੋਟਾ ਛੋਟਾ ਕੱਟਣਾ, ਰਾਈਟ? ਸੋ ਹੁਣ ਇਹਨੂੰ ਮੈਂ ਪਾਣੀ 'ਚ ਪਾ ਦੂੰਗੀ ਥੋੜ੍ਹਾ ਥੋੜ੍ਹਾ ਕਰਕੇ। ਓਕੇ, ਜਦੋਂ ਤੱਕ ਸਾਗ ਰਿੱਝਦਾ ਉਦੋਂ ਤੱਕ ਮੈਂ ਅਦਰ ਲੈਫਟ ਓਵਰ ਕੰਮ ਕਰ ਲੂੰਗੀ ਕਿਉਂਕਿ ਅੱਜ ਭਾਂਡੇ ਮੈਂ ਤੁਹਾਨੂੰ ਦੱਸਿਆ ਨਾ ਬਹੁਤ ਲਵੇੜਨੇ ਆ ਮੈਂ। ਸੋ ਨਾਲੋਂ ਨਾਲ ਚੱਕ ਰਹੀ ਹਾਂ ਕਿ ਜ਼ਿਆਦਾ ਮੈਨੂੰ ਨਾ ਕੰਮ ਕਰਨਾ ਪਵੇ। ਸੋ ਸਾਰਿਆਂ ਨੂੰ ਮੈਂ ਹੌਲੀ ਹੌਲੀ ਨਾਲੋਂ ਨਾਲ ਧੋਂਦੀ ਰਹਿੰਦੀ ਹਾਂ। ਅਤੇ ਅੱਜ ਲਾਈਕ ਮੈਂ ਰੋਟੀ ਵੀ ਹਜੇ ਬਣਾਉਣੀ ਆ। ਮੱਕੀ ਦੀ ਰੋਟੀ ਸਮ ਟਾਈਮ ਮੈਂ ਬਣਾਉਂਦੀ ਹਾਂ ਮੈਂ ਖੁਦ ਖਾਣ ਲਈ, ਐਂਡ ਮੇਰੇ ਹਵੀ ਨਹੀਂ ਖਾਂਦੇ, ਉਹ ਕਣਕ ਦੀ ਰੋਟੀ ਹੀ ਖਾਂਦੇ ਆ। ਐਂਡ ਤੁਸੀਂ ਵੀ ਦੱਸੋ ਕਿ ਤੁਸੀਂ ਮੱਕੀ ਦੀ ਲਾਈਕ ਕਰਦੇ ਹੋ ਔਰ ਕਣਕ ਦੀ ਰੋਟੀ।
राइट आफ्टर 1 आवर मेरा साग बन गया एंड ओद जोड़ा एक्स्ट्रा वाटर होंगे उन्होंने मैं सैपरेट कर लिया आ एंड थोड़ा जहा वाटर रखे आ ये मैं आलन पाऊंगी। सब तो पहला ये मैं क्यूब्स पा रही हाँ ग्रीन चिली एंड तुम पहला भी पा सकते हैं मेरे को मैं पहला नहीं पाया फॉरगॉट एंड इनू पा के सॉल्ट पा के तुम अकॉर्डिंग टू टेस्ट पा सकते हैं। मैं बहुत सारी ग्रीन चिली पानी हाँ सॉल्ट पानी हाँ अकॉर्डिंग टू टेस्ट फिर उन्होंने मिक्स करो लाइक आलन पाँदी है मेरे लाइक मक्की का आटा एंड थोड़ा जहा मैं पा रही हूँ लाइक हाफ कौली फिर मैंने इदे मिक्स करके एंड फिर एंड दे विच मैं ब्लेंड कर दिनी हाँ। मैनू वरी अबाउट नहीं होंगे कि ये लम्स बन जूगी राइट जे तुसी ब्लेंडर नहीं यूज़ करते तो तुसी वाटर दे विच मिक्स करके लिक्विड राइट वो पा सकते हैं बट मैं इनू इदी हाथ के नाल थोड़ा जहा मिक्स करके हूँ मैं इनू ब्लेंडर के नाल चंगी तरह मिक्स कर देना फिर इदा लगता है कि टाइम ला के तुसी घोटिया लुक एट दिस। सो बहुत वधिया साग बनता हूँ इनू मैं थोड़ा जहा पकाऊंगी क्योंकि ये हैगा आटा एंड एक साइड पर मैं पैन रख लिया हूँ मैं तड़का लगाऊंगी बहुत सारा जिंजर एंड गार्लिक एंड ये मैं ग्रीन अनियंस एंड रेड अनियंस यूज़ करूँगी एंड कट के मैं नालों नाल तड़का लगा लूँगी। मैं मोस्टली रेड अनियंस ही यूज़ करती हाँ एंड जे तुसी वाइट अनियन यूज़ करना चाहते हो वो भी कर सकते हो राइट अप टू यू। सो हम जल्दी के नाल कट के तड़का लगा दें नालों नाल मैं आटा भी मिक्स करके रख लिया तो मैं रोटी बनाऊंगी एंड मैं खुद लिए भी थोड़ा जहा मक्की का आटा मिक्स करके रख लिया क्योंकि वो गर्म पानी मिक्स करना पैदा राइट। सो हर एक की अपनी चॉइस होंगी है बच्चों ने इंग्लिश खाना से उन्होंने आई थिंक मैं न्यूडल्स बना दते हैं ऑलरेडी तो खुद ले असी साग बना रहे हैं। मोस्टली मैं की करती हूँ एक दिन साग मैं पहले बना के रख लैनी हूँ तड़का सैकेंड डे लगा के फिर असी खाते हैं बट अज मैं आफ्टरनून तो ही स्टार्ट कर लिया सो जल्दी बन गया सो मैं सोचा कि अज ही खा लेंगे राइट। सो चलो जल्दी के नाल मैं सारिया चीज़ों को कट के तड़का लगानी हाँ। लास्ट वीडियो ने तुसी बहुत प्यार दिता जिद्च मैं थोड़े नाल अपना रियलिस्टिक कुकिंग क्लीनिंग दा ब्लॉग शेयर किया सी राइट आज भी मैं थोड़े नाल एक इंडियन मॉम दा रियलिस्टिक कुकिंग एंड नाइट किचन क्लीनिंग रूटीन शेयर कर रही हूँ। मैं होप कर रही हूँ कि तुसी सपोर्ट पूरी करोगे एंड कोई चीज़ें मैं स्किप नहीं कर रही मोस्टली मैं ट्राई कर रही हूँ कि हर एक क्लिप मैं थोड़े नाल शेयर करा जे मैं ट्राई बेस्ट करा कि मैं हर एक चीज़ में रिकॉर्ड करा फिर तो पता नहीं किन्ने घंटे लग जाऊंगे। ये मैं बच्चों का मील भी प्रैप किया वो मैं थोड़े ना शेयर नहीं किया। सो एक साइड पे कैमरे नो हैंडल करना हर एक चीज़ नो डिटेल दे नाल शेयर करना इट इज़ रियली हार्ड बट थानू देखने नो ता बिल्कुल नॉर्मल लग रहा होगा बट एक कंटेंट क्रिएटर दा बहुत हार्ड वर्क होंदा बस तुसी सपोर्ट कर दे रहा करो। ओके गाइज ये मैं टोमेटोज़ भी पाऊंगी बाद विच एक साइड पे लग रहा तड़का एक साइड पे मैं रोटी बना रही हाँ एंड नालों नाल तड़का रेडी हो रहा नालों नाल रोटी रेडी हो रही है एंड आलमोस्ट रोटी डन एंड सारे का डिनर मैं कराऊंगी गर्मा गर्म एंड मेरी आदत की है गाइस कि मैं पहला डिनर नहीं करती मेरी रोटी भी बन रही मक्की दी पहला मैंने होंगे कि मैं थोड़ी जी चीज़ा क्लीन करदा भांडे का मैं एंड विच वॉश कर दी हाँ बट जिदा आटा खिलर जाता राइट रोटी बना दे ये सारा कुछ मैं टाइडी अप करके सिंक के कोल भांडे रख के फिर रोटी खा के फिर मैं किचन पूरी क्लीन करती हाँ। चलो जी मेरा डिनर हो गया डन ते हो गई है मैं शुरू अपनी किचन नू क्लीन करन दे ले एंड ए मेरा हैगा रियलिस्टिक नाइट किचन क्लीनिंग रूटीन जिदे विच मैं 20-25 मिनट्स अपनी किचन नू दिनी हाँ। आज मेरी किचन बहुत गंदी हो गई है एक्चुअली स्टोव बहुत गंदा हो जाता जदों मैं इंडियन कुकिंग करती हाँ साग बना दी चिट्टे पै जाते राइट एंड बड़े बड़े पतीले गाइज किन्ना कुछ हो जाता हूँ मैं पहला बड़े बड़े पतीले हाथ के नाल क्लीन करूँगी एंड डिश वाशर के भी मैं भांडे वॉश करती हाँ वो छोटे भांडे ही वॉश होंगे राइट वो मैं ऑलरेडी रख दते हैं जिहड़ी जिहड़ी क्लीन होने वाली चीज़ा एंड जिहड़ियां हाथ ना क्लीन करने वाली चीज़ा उन्होंने मैं जल्दी दे नाल क्लीन करके अपनी पूरी किचन नू डीप क्लीन करूँगी। मैं होप करती हूँ कि तुसी इंजॉय कर रहे होंगे एंड कमेंट प्लीज़ कर दिया करो एंड जे तुसी नवे हाँ मेरे चैनल पर मेरे चैनल में जरूर एक्सप्लोर करो मैं थोड़े नाल प्रॉमिस करती हाँ कि हर एक वीडियो तुहानू कुछ ना कुछ सीखने को मिलेगा मोटिवेशन मिलेगी एंड प्लीज़ एक्सप्लोर कर लियो एंड सबसक्राइब भी जरूर कर लियो एंड हुण मैं भांडे सारे क्लीन करूँगी एंड अदर लैफ्ट ओवर चीज़ा भी तुहानू शेयर करूँगी कि जो मैं अपनी किचन क्लीनिंग रूटीन दे विच करती हाँ रात को।
ਹੁਣ ਮੈਂ ਆਪਣੇ ਗਲਾਸ ਸਟੋਵ ਨੂੰ ਕਲੀਨ ਕਰੂੰਗੀ। ਸਭ ਤੋਂ ਪਹਿਲਾਂ ਮੈਂ ਕਲੈਕਟ ਕਰੂੰਗੀ ਕ੍ਰੰਬਸ ਐਂਡ ਗਰੀਸ, ਬਹੁਤ ਜ਼ਿਆਦਾ ਅੱਜ ਹੋ ਗਈ ਆ। ਐਂਡ ਸਭ ਤੋਂ ਪਹਿਲਾਂ ਮੈਂ ਸਪੋਂਜ ਦੇ ਨਾਲ ਲਿਟਲ ਬਿਟ ਸੋਪ ਲਿਆ, ਇਹਦੇ ਨਾਲ ਸਾਰੇ ਕ੍ਰੰਬਸ ਮੈਂ ਕਲੈਕਟ ਕਰ ਲੂੰਗੀ ਐਂਡ ਫਿਰ ਇਹਨੂੰ ਮੈਂ ਡੀਪ ਕਲੀਨ ਕਰੂੰਗੀ। ਜੇ ਤੁਹਾਡੇ ਕੋਲ ਵੀ ਗਲਾਸ ਸਟੋਵ ਆ ਤਾਂ ਉਹਨੂੰ ਬਹੁਤ ਜ਼ਿਆਦਾ ਪ੍ਰੋਟੈਕਟ ਕਰਨਾ ਪੈਂਦਾ, ਰਾਈਟ? ਜੇ ਤੁਸੀਂ ਲਾਈਕ ਵਾਟਰ ਵੀ ਬੋਇਲ ਕਰੋ ਨਾ, ਉਹਦੇ ਚਿੱਟੇ ਪੈ ਕੇ ਵੀ ਖਰਾਬ ਹੋ ਜਾਂਦਾ। ਸੋ ਐਨੀਵੇ, ਸਭ ਤੋਂ ਪਹਿਲਾਂ ਮੈਂ ਇਹਦੇ ਕ੍ਰੰਬਸ ਨੂੰ ਕਲੈਕਟ ਕਰ ਰਹੀ ਹਾਂ ਐਂਡ ਇਹਨੂੰ ਕਲੀਨ ਕਰਨ ਦੇ ਲਈ ਮੈਂ ਕਰੀਮ ਯੂਜ਼ ਕਰਦੀ ਹਾਂ। ਦਿਸ ਇਜ਼ ਮੈਂ ਮੰਨਦੀ, ਇਹਨਾਂ ਦੇ ਪ੍ਰੋਡਕਟਸ ਰੀਅਲੀ ਗੁੱਡ ਹੁੰਦੇ ਆ। ਸੋ ਇੱਕ ਕਰੀਮ, ਥਿਕ ਕਰੀਮ ਹੁੰਦੀ ਹੈ, ਇਹਨੂੰ ਹਮੇਸ਼ਾ ਮਿਕਸ ਕਰਕੇ ਤੁਸੀਂ ਯੂਜ਼ ਕਰਿਆ ਕਰੋ, ਕਿਉਂਕਿ ਇਹਦੇ 'ਚ ਥੋੜ੍ਹੇ ਜਿਹੇ ਛੋਟੇ ਛੋਟੇ ਪਾਰਟੀਕਲਸ ਹੁੰਦੇ ਆ ਜਿਹਦੇ ਨਾਲ ਗਰੀਸ ਰਿਮੂਵ ਹੁੰਦੇ ਆ। ਸੋ ਇਹਨੂੰ ਮੈਂ ਮਿਕਸ ਕਰਕੇ ਇੱਦਾਂ ਸਪਰੈਡ ਕਰ ਦਿੰਦੀ ਹਾਂ ਸੋਫਟ ਸਪੋਂਜ ਦੇ ਨਾਲ ਐਂਡ ਫਿਰ ਇਹਨੂੰ ਮੈਂ ਐਟਲੀਸਟ ਛੱਡਦੀ ਹਾਂ ਲਾਈਕ 3 ਤੋਂ 5 ਮਿੰਟਸ ਐਂਡ ਸਮਟਾਈਮ ਮੈਂ ਇਹਨੂੰ ਸਕ੍ਰੱਬ ਕਰਦੀ ਰਹਿੰਦੀ ਹਾਂ, ਸੋਫਟ ਹੁੰਦੀ ਹੈ, ਰਾਈਟ? ਐਂਡ ਸਕ੍ਰੱਬ ਕਰਨ ਤੋਂ ਬਾਅਦ ਫਿਰ ਮੈਂ ਟਿਸ਼ੂ ਪੇਪਰ ਦੇ ਨਾਲ ਇਹਦੀ ਸਾਰੀ ਗਰੀਸ ਰਿਮੂਵ ਕਰਦੀ ਹਾਂ। ਬਹੁਤ ਥਿੱਕ ਹੋ ਜਾਂਦੀ ਆ ਫਿਰ ਕਰੀਮ, ਕਿਉਂਕਿ ਉਹਦੇ ਵਿੱਚ ਗਰੀਸ ਮਿਕਸ ਹੋ ਜਾਂਦੀ ਆ। ਸੋ ਕਾਫੀ ਹਾਰਡ ਹੁੰਦਾ ਫਿਰ ਉਹਨੂੰ ਰਿਮੂਵ ਕਰਨਾ ਐਂਡ ਡਰਾਈ ਹੋ ਜਾਂਦੀ ਆ। ਇਹਨੂੰ ਮੈਂ ਚੰਗੀ ਤਰ੍ਹਾਂ ਇੱਦਾਂ ਰਿਮੂਵ ਕਰਕੇ ਐਂਡ ਜਿੰਨਾ ਵੀ ਐਕਸੈਸ ਹੁੰਦਾ ਐਂਡ ਫਿਰ ਮੈਨੂੰ ਉਦੋਂ ਤੱਕ ਰਿੰਸ ਕਰਦੀ ਹਾਂ ਜਦੋਂ ਤੱਕ ਇਹਦਾ ਜਿਹੜਾ ਵੀ ਰੈਜੀਡਿਊ ਆ ਨਾ ਐਕਸੈਸ ਹੁੰਦਾ ਉਹਦਾ, ਉਹ ਨਿਕਲ ਨਹੀਂ ਜਾਂਦਾ। ਫਾਈਨਲ ਸਟੈਪ 'ਤੇ ਤੁਸੀਂ ਗਲਾਸ ਕਲੀਨਰ ਯੂਜ਼ ਕਰ ਸਕਦੇ ਆ ਐਂਡ ਉਹਨੂੰ ਜਸਟ ਸਪਰੇ ਕਰਕੇ ਫਿਰ ਤੁਸੀਂ ਉਹਨੂੰ ਕਲੀਨ ਕਰ ਦਿਓ। ਫਿਰ ਤੁਸੀਂ ਦੇਖਿਓ ਕਿ ਕਿੰਨਾ ਤੁਹਾਡਾ ਜਿਹੜਾ ਸਟੋਵ ਆ ਸ਼ਾਈਨੀ ਹੋ ਜਾਊਗਾ ਐਂਡ ਇੱਦਾਂ ਤੁਸੀਂ ਪ੍ਰੋਟੈਕਟ ਕਰ ਸਕਦੇ ਆ ਆਪਣਾ ਗਲਾਸ ਸਟੋਵ। ਹੁਣ ਮੈਂ ਅਨਦਰ ਲੈਫਟ ਓਵਰ ਚੀਜ਼ਾਂ ਕਰੂੰਗੀ ਲਾਈਕ ਬੈਕ ਸਪਲੈਸ਼, ਕੈਬਨਿਟਸ, ਜਿੱਥੇ ਜਿੱਥੇ ਛਿੱਟੇ ਪਏ ਹੁੰਦੇ ਆ ਕੁਕਿੰਗ ਦੇ, ਉਹਨਾਂ ਨੂੰ ਕਲੀਨ ਕਰੂੰਗੀ। ਜੇ ਤੁਸੀਂ ਨਾਲੋਂ ਨਾਲ ਨਹੀਂ ਕਲੀਨ ਕਰਦੇ, ਰਾਈਟ, ਫਿਰ ਬਹੁਤ ਜ਼ਿਆਦਾ ਬਿਲਡਅਪ ਹੁੰਦਾ ਰਹਿੰਦਾ ਐਂਡ ਗਰੀਸ ਤੁਹਾਡੀ ਕਿਚਨ ਦੇ ਵਿੱਚ ਹੋ ਜਾਂਦੀ ਹੈ ਜ਼ਿਆਦਾ। ਸੋ ਨਾਲੋਂ ਨਾਲ ਮੈਂ ਕਰਦੀ ਰਹਿੰਦੀ ਹਾਂ ਐਵਰੀ ਸਿੰਗਲ ਡੇ ਰਾਤ ਨੂੰ। ਮੈਂ ਲਾਸਟ ਜਿਹੜੀਆਂ 2-3 ਵੀਡੀਓਜ਼ ਪਾਈਆਂ ਨਾ ਉਹਨਾਂ ਦੇ ਮੈਂ ਕਮੈਂਟਸ ਦੇ ਆਨਸਰ ਕਰ ਦਿੰਦੀ ਹਾਂ। ਐਂਡ ਸਵਰਨਾ ਜੀ, ਤੁਸੀਂ ਦੇਖਣਾ ਚਾਹੁੰਦੇ ਸੀ ਮੇਰੇ ਪਲਾਨਸ, ਆਈ ਥਿੰਕ ਉਹਦੀ ਮੈਂ ਵੀਡੀਓ ਆਲਰੇਡੀ ਮੈਂ ਅਪਲੋਡ ਕਰ ਦਿੱਤੀ ਹੈ ਕਿਹੜੇ ਕਿਹੜੇ ਮੇਰੇ ਕੋਲ ਪਲਾਨਸ ਹੈਗੇ ਆ ਉਹਨਾਂ ਦੇ ਸਾਰਿਆਂ ਦੇ ਨੇਮਸ, ਉਹਨਾਂ ਉਸ ਵੀਡੀਓ ਨੂੰ ਜ਼ਰੂਰ ਦੇਖ ਲਿਓ। ਸੈਕਿੰਡ, ਮੈਂ ਪੇਂਟ ਦੀ ਵੀਡੀਓ ਪਾਈ ਸੀ ਜਿਹੜੀ ਵਿਦਾਊਟ ਟੇਪ ਤੁਸੀਂ ਆਪਣੇ ਰੂਮ ਨੂੰ ਕਿੱਦਾਂ ਪੇਂਟ ਕਰ ਸਕਦੇ ਆ, ਆਪਣੇ ਘਰ ਦੇ ਵਿੱਚ ਕਿੱਦਾਂ ਪੇਂਟ ਕਰ ਸਕਦੇ ਆ ਐਂਡ ਰੂਮ ਮੇਕਓਵਰ ਕਿੱਦਾਂ ਕਰ ਸਕਦੇ ਆ। ਤੁਸੀਂ ਉਹਨਾਂ ਦੋਨੋਂ ਵੀਡੀਓਜ਼ ਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ, ਥੈਂਕ ਯੂ ਸੋ ਸੋ ਮੱਚ। ਐਂਡ ਤੁਸੀਂ ਕਹਿੰਦੇ ਕਿ ਬਹੁਤ ਵਧੀਆ ਟਰਨ ਆਊਟ ਹੋਇਆ, ਤੁਹਾਨੂੰ ਟਿਪਸ ਐਂਡ ਟ੍ਰਿਕਸ ਬਹੁਤ ਵਧੀਆ ਲੱਗੇ, ਥੈਂਕ ਯੂ ਵੰਸ ਅਗੇਨ। ਐਂਡ ਜੇ ਕਿਸੇ ਨੇ ਨਹੀਂ ਹਜੇ ਤੱਕ ਦੇਖੀ, ਉਹ ਵੀਡੀਓ ਜ਼ਰੂਰ ਦੇਖਿਓ, ਤੁਹਾਨੂੰ ਬਹੁਤ ਮੋਟੀਵੇਸ਼ਨ ਮਿਲੂਗੀ ਕਿ ਕਿੱਦਾਂ ਤੁਸੀਂ ਪੇਂਟ ਕਰ ਸਕਦੇ ਆ, ਕਿੱਦਾਂ ਰੂਮ ਮੇਕਓਵਰ ਕਰ ਸਕਦੇ ਆ। ਓਕੇ, ਲਾਸਟ ਜਿਹੜੀ ਮੈਂ ਵੀਡੀਓ ਪਾਈ ਸੀ ਉਹ ਸੀ ਲਾਈਕ ਗੈਸਟ ਆਈਡੀਆ, ਲਾਈਕ ਮੇਰੇ ਬੱਚਿਆਂ ਦੇ ਫਰੈਂਡਸ ਆਏ ਸੀ, ਉਹਨਾਂ ਲਈ ਮੈਂ ਕੁਇਕ ਈਜ਼ੀ ਫੂਡ ਪ੍ਰੈਪ ਕੀਤਾ ਸੀ। ਸੋ ਉਹਦੇ ਵਿੱਚ ਮੈਂ ਫਰੂਟ ਕੱਪਸ ਬਣਾਏ ਸੀ ਐਂਡ ਉਹਦੇ 'ਤੇ ਵਿਪਿੰਗ ਕਰੀਮ ਯੂਜ਼ ਕੀਤੀ ਸੀ, ਬਟ ਉਹਦੀ ਰੈਸਪੀ ਸ਼ੇਅਰ ਨਹੀਂ ਕੀਤੀ ਕਿਉਂਕਿ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਜਾਂਦੀ ਹੈ ਜੇ ਮੈਂ ਡਿਟੇਲ 'ਚ ਹਰ ਇੱਕ ਚੀਜ਼ ਨੂੰ ਲਾਈਕ ਕੈਚ ਕਰਾਂ, ਰਾਈਟ? ਬਟ ਅਪਕਮਿੰਗ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰੂੰਗੀ ਕਿ ਕਿੱਦਾਂ ਤੁਸੀਂ ਘਰ ਦੇ ਵਿੱਚ ਕਰੀਮ ਬਣਾ ਸਕਦੇ ਆ, ਜੇ ਤੁਸੀਂ ਫਰੂਟ ਕਰੀਮ ਬਣਾਉਂਦੇ ਆ ਜਾਂ ਕੱਪਸ ਬਣਾਉਂਦੇ ਜਿੱਦਾਂ ਮੈਂ ਯੂਜ਼ ਕੀਤੇ ਸੀ, ਰਾਈਟ? ਸੋ ਸਟੇ ਟਿਊਨ, ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ। ਐਂਡ ਮੇਰੇ ਕੋਲ ਹੋਰ ਵੀ ਬਹੁਤ ਸਾਰੀਆਂ ਰਿਕੁਐਸਟ ਹੈਗੀਆਂ ਜਿਨ੍ਹਾਂ ਨੂੰ ਮੈਂ ਹੌਲੀ ਹੌਲੀ ਪੂਰਾ ਕਰੂੰਗੀ। ਸੋ ਤੁਸੀਂ ਸਟੇ ਟਿਊਨਡ ਰਹੋ, ਮੈਨੂੰ ਹਰ ਇੱਕ ਤੁਹਾਡੀ ਰਿਕੁਐਸਟ ਯਾਦ ਆ। ਸੋ ਤੁਸੀਂ ਮੇਰੀ ਕਿਚਨ ਦਾ ਟੂਰ ਵੀ ਦੇਖਣਾ ਚਾਹੁੰਦੇ ਆ, ਮੇਰੇ ਘਰ ਦਾ ਟੂਰ, ਘਰ ਦਾ ਟੂਰ ਤਾਂ ਮੈਂ ਤੁਹਾਨੂੰ ਕਿਹਾ ਸੀ ਜਦੋਂ 1 ਲੱਖ ਸਬਸਕ੍ਰਾਈਬਰ ਹੋ ਗਏ ਉਦੋਂ ਹੀ ਕਰੂੰਗੀ, ਐਂਡ ਕਿਚਨ ਦਾ ਟੂਰ ਉਦੋਂ ਹੋਊਗਾ ਜਦੋਂ 1K ਹੋ ਜੂਗੇ। ਸੋ ਜਲਦੀ ਜਲਦੀ ਕਰ ਦਿਉ ਅਤੇ ਬਹੁਤ ਹੀ ਜਲਦੀ ਮੈਂ ਕਿਚਨ ਦਾ ਟੂਰ ਤੁਹਾਡੇ ਨਾਲ ਸ਼ੇਅਰ ਕਰੂੰਗੀ ਡਿਟੇਲ ਦੇ ਵਿੱਚ। ਅਤੇ ਫਿਰ ਮੈਂ ਆਪਣੀ ਕਿਚਨ ਦੀ ਜਿਹੜੀ ਸਿੰਕ ਹੁੰਦੀ ਆ ਉਹਨੂੰ ਡੀਪ ਕਲੀਨ ਕਰਦੀ ਹਾਂ ਐਂਡ ਇਹਦੇ ਲਈ ਮੈਂ ਕੋਮਿੰਟ ਦਾ ਪਾਊਡਰ ਯੂਜ਼ ਕਰਦੀ ਹਾਂ ਜਿਹੜਾ ਮੈਂ ਹਮੇਸ਼ਾ ਤੁਹਾਡੇ ਨਾਲ ਸ਼ੇਅਰ ਕਰਦੀ ਰਹਿੰਦੀ ਹਾਂ। ਐਂਡ ਡਿਟੇਲ ਦੇ ਵਿੱਚ ਵੀ ਮੈਂ ਵੀਡੀਓ ਬਣਾਈ ਆ ਆਪਣੇ ਪੂਰੇ ਘਰ ਦੀ ਕਲੀਨਿੰਗ ਦੀ ਵੀਡੀਓ ਐਂਡ ਕਿਚਨ ਕਲੀਨਿੰਗ ਦੀ ਵੀ ਸੈਪਰੇਟ ਵੀਡੀਓ, ਕਿਹੜੇ ਕਿਹੜੇ ਪ੍ਰੋਡਕਟਸ ਮੈਂ ਯੂਜ਼ ਕਰਦੀ ਹਾਂ ਉਹ ਤੁਸੀਂ ਡਿਟੇਲ ਦੇ ਵਿੱਚ ਚੈੱਕ ਕਰ ਲਿਓ। ਐਂਡ ਅੱਜ ਤਾਂ ਮੈਂ ਜਸਟ ਬਲੌਗ ਤੁਹਾਡੇ ਨਾਲ ਸ਼ੂਟ ਕਰ ਰਹੀ ਹਾਂ ਐਂਡ ਜਿਹੜੀ ਇਹਦੀ ਡਰੇਨ ਹੁੰਦੀ ਆ ਉਹਨੂੰ ਮੈਂ ਆਫਟਰ 2 ਵੀਕਸ ਕਲੀਨ ਕਰਦੀ ਹਾਂ।
ਸੋ ਇੰਨੇ ਇੰਨੇ ਵੱਡੇ ਵੱਡੇ ਭਾਂਡੇ ਹੋ ਜਾਂਦੇ ਆ ਜਦੋਂ ਮੈਂ ਸਾਗ ਬਣਾਉਂਦੀ ਹਾਂ ਐਂਡ ਇੰਡੀਅਨ ਕੁਕਿੰਗ ਕਰਦੀ ਹਾਂ। ਸੋ ਐਨੀਵੇ ਸਾਰਾ ਕੁਛ ਨੀਟ ਐਂਡ ਕਲੀਨ ਹੋ ਗਿਆ ਆ ਐਂਡ ਹੁਣ ਮੈਂ ਜਿਹੜੇ ਬਰਤਨ ਡਿਸ਼ ਵਾਸ਼ਰ 'ਚ ਜਾਣ ਵਾਲੇ ਉਹ ਵੀ ਚਲੇ ਗਏ ਆ। ਹੁਣ ਐਂਡ 'ਤੇ ਮੈਂ ਕਰਦੀ ਹਾਂ ਵੈਕਿਊਮ ਐਂਡ ਮੋਪ। ਐਂਡ ਆਹ ਜਿਹੜੀ ਵੈਕਿਊਮ ਆਈ ਵੀ ਮੈਂ ਤੁਹਾਡੇ ਨਾਲ ਡਿਟੇਲ 'ਚ ਸ਼ੇਅਰ ਕਰ ਦਿੱਤੀ ਸੀ। ਤੁਸੀਂ ਬਹੁਤ ਸਾਰੇ ਕਮੈਂਟਸ ਕਰਦੇ ਰਹਿੰਦੇ ਆ ਅਤੇ ਮੈਂ ਟ੍ਰਾਈ ਬੈਸਟ ਕਰਦੀ ਹੁੰਦੀ ਹਾਂ ਕਿ ਵੀਡੀਓ ਦੇ ਵਿੱਚ ਤੁਹਾਡੇ ਨਾਲ ਸ਼ੇਅਰ ਕਰਾਂ ਚੀਜ਼ਾਂ ਨੂੰ, ਰਾਈਟ? ਫਿਰ ਤੁਹਾਨੂੰ ਵਧੀਆ ਆਂਸਰ ਮਿਲਦਾ ਉਹਦੇ ਬਾਰੇ। ਸੋ ਇਹ ਡਾਈਸਨ ਦੀ ਵੈਕਿਊਮ ਆ। ਸੋ ਇਹਨੂੰ ਮੈਂ ਫਲੋਰ 'ਤੇ ਯੂਜ਼ ਕਰਦੀ ਹਾਂ, ਇਹਨੂੰ ਰੱਗ 'ਤੇ ਯੂਜ਼ ਕਰਦੀ ਹਾਂ। ਸੋ ਇੱਕ ਹੋਰ ਕਮੈਂਟ ਆਇਆ ਸੀ ਇੰਦਰਜੀਤ ਜੀ, ਤੁਸੀਂ ਪੁੱਛਦੇ ਸੀ ਕਿ ਜਿਹੜੀ ਕਿਚਨ ਦੀ ਪੈਂਟਰੀ ਦੀਆਂ ਡੀਪ ਕੈਬਨਿਟ ਹੁੰਦੀ ਆ, ਤੁਸੀਂ ਉਹਨੂੰ ਕਿੱਦਾਂ ਔਰਗੇਨਾਈਜ਼ ਕਰਨ ਦੇ ਲਾਈਕ ਟਿਪਸ ਪੁੱਛੇ ਸੀ, ਰਾਈਟ? ਸੋ ਮੈਨੂੰ ਥੋੜ੍ਹਾ ਜਿਹਾ ਹੋਰ ਐਕਸਪਲੇਨ ਕਰਿਓ। ਤੁਸੀਂ ਵਾਕ ਇਨ ਜਿਹੜੀ ਹੁੰਦੀ ਆ ਪੈਂਟਰੀ, ਤੁਸੀਂ ਉਹਦੇ ਬਾਰੇ ਪੁੱਛ ਰਹੇ ਆ, ਜਾਂ ਸਮਟਾਈਮ ਕਾਰਨਰਸ ਦੇ ਵਿੱਚ ਡੀਪ ਕੈਬਨਿਟਸ ਹੁੰਦੀਆਂ ਆ, ਜਾਂ ਤੁਸੀਂ ਉਹਦੇ ਬਾਰੇ ਪੁੱਛ ਰਹੇ ਆ? ਸੋ ਡਿਟੇਲ ਦੇ ਵਿੱਚ ਮੈਨੂੰ ਦੱਸਿਓ, ਫਿਰ ਮੈਂ ਤੁਹਾਡੇ ਨਾਲ ਅਨਦਰ ਆਈਡੀਆਜ਼ ਸ਼ੇਅਰ ਕਰੂੰਗੀ। ਕਿਚਨ ਪੈਂਟਰੀ ਦੀ ਵੀਡੀਓ ਵੀ ਤੁਹਾਡੇ ਨਾਲ ਸ਼ੇਅਰ ਕੀਤੀ ਸੀ, ਜਿਹਦੇ ਵਿੱਚ ਮੈਂ ਬਹੁਤ ਸਾਰੇ ਟਿਪਸ ਐਂਡ ਟ੍ਰਿਕ ਸ਼ੇਅਰ ਕੀਤੇ ਕਿ ਕਿੱਦਾਂ ਤੁਸੀਂ ਆਪਣੀ ਕਿਚਨ ਪੈਂਟਰੀ ਨੂੰ ਔਰਗੇਨਾਈਜ਼ ਕਰ ਸਕਦੇ ਆ। ਸੋ ਲਿੰਕ ਇਨ ਮਾਈ ਡਿਸਕ੍ਰਿਪਸ਼ਨ ਬਾਕਸ ਡਾਊਨ ਬਿਲੋ, ਔਰ ਯੂ ਕੈਨ ਕਲਿੱਕ ਔਨ ਅ ਟੌਪ ਟੂ ਵਾਚ ਦੈਟ ਵੀਡੀਓ। ਆਈ ਥਿੰਕ ਮੈਂ ਹਰ ਇੱਕ ਕੁਐਸਚਨ ਦਾ ਆਂਸਰ ਦੇ ਹੀ ਦਿੱਤਾ ਜਿਹੜਾ ਰੀਸੈਂਟਲੀ ਮੈਂ ਰਿਸੀਵ ਕੀਤਾ। ਜੇ ਤੁਹਾਡੇ ਕੋਲ ਕੋਈ ਕੁਐਸਚਨ ਹੈਗਾ ਤਾਂ ਲੈਟ ਮੀ ਨੋ ਇਨ ਅ ਕਮੈਂਟ ਸੈਕਸ਼ਨ ਡਾਊਨ ਬਿਲੋ। ਹੇ ਗਾਈਜ਼, ਫਾਈਨਲੀ ਮੈਂ ਬਹੁਤ ਟਾਈਟ ਹੋ ਚੁੱਕੀ ਹਾਂ, ਹੁਣ ਮੈਂ ਉੱਪਰ ਆਈ ਹਾਂ, ਕੰਮ ਹਜੇ ਵੀ ਡਨ ਨਹੀਂ ਹੋਇਆ। ਸੋ ਹੁਣ ਮੈਂ ਵੀਡੀਓ ਨੂੰ ਐਡਿਟ ਕਰੂੰਗੀ। ਵੀਡੀਓ ਜੋ ਮੈਂ ਬਣਾਉਂਦੀ ਹਾਂ ਉਹਨਾਂ ਨੂੰ ਐਡਿਟ ਕਰਨਾ ਪੈਂਦਾ, ਐਕਚੁਅਲੀ 2 ਤੋਂ 3 ਆਵਰਸ ਕਈ ਵੇਲੇ ਲੱਗ ਜਾਂਦੇ ਆ ਵੀਡੀਓ ਨੂੰ ਐਡਿਟ ਕਰਨਾ, ਫਿਰ ਉਹਨੂੰ ਐਕਸਪੋਰਟ ਕਰਨਾ, ਫਿਰ ਉਹਨੂੰ ਅਪਲੋਡ ਕਰਨਾ, ਫਿਰ ਯੂਟਿਊਬ ਦੀਆਂ ਬਹੁਤ ਸਾਰੀਆਂ ਥਿੰਗਸ ਹੁੰਦੀਆਂ ਜਿਨ੍ਹਾਂ ਨੂੰ ਡਨ ਕਰਨਾ। ਇਟ ਇਜ਼ ਨੋਟ ਈਜ਼ੀ, ਲਾਈਕ 10-15 ਮਿੰਟਸ ਦੀ ਮੈਂ ਵੀਡੀਓ ਬਣਾਉਂਦੀ ਹਾਂ, ਬਟ ਉਹਦੇ ਜਿਹੜਾ ਬੈਕ 'ਤੇ ਵਰਕ ਹੁੰਦਾ, ਹਾਰਡ ਵਰਕ, ਉਹ ਤਾਂ ਤੁਸੀਂ ਮੇਰੀ ਵੀਡੀਓਜ਼ ਦੇਖਦੇ ਹੋਣੇ ਆ। ਐਂਡ ਫਿਰ ਅਪਲੋਡ ਕਰਨਾ, ਐਡਿਟ ਕਰਨਾ, ਟੂ ਮੱਚ। ਓਕੇ, ਐਨੀਵੇ ਸੋ ਸਪੋਰਟ ਕਰਦਿਆ ਕਰੋ, ਬਸ ਹੋਰ ਕੁਛ ਨਹੀਂ ਚਾਹੀਦਾ ਹੁੰਦਾ ਕੰਟੈਂਟ ਕ੍ਰੀਏਟਰ ਨੂੰ, ਤੁਹਾਡੀ ਸਪੋਰਟ ਚਾਹੀਦੀ ਆ ਮੈਨੂੰ, ਪਲੀਜ਼। ਐਂਡ ਸਬਸਕ੍ਰਾਈਬ ਕਰ ਦਿਓ, ਉਹੀ ਮੇਰੇ ਲਈ ਬਹੁਤ ਆ। ਹੁਣ ਮੈਂ ਵੀਡੀਓ ਨੂੰ ਐਡਿਟ ਕਰੂੰਗੀ, ਕੰਮ ਸਾਰਾ ਡਨ ਹੋ ਗਿਆ। ਜਿੱਦਣ ਸਾਗ ਬਣਾਉਣਾ ਹੁੰਦਾ ਨਾ, ਇੰਨਾ ਖਲਾਰਾ ਪੈਂਦਾ ਕਿਚਨ 'ਚ, ਇੰਨੇ ਵੱਡੇ ਵੱਡੇ ਪਤੀਲੇ ਹੋ ਜਾਂਦੇ ਆ ਧੋਣ ਨੂੰ, ਟੂ ਮੱਚ ਯਾਰ। ਬਟ 2 ਟਾਈਮ ਦਾ ਬਣ ਜਾਂਦਾ ਸਾਗ, ਰਾਈਟ? ਐਂਡ ਜੇ ਕੋਈ ਰਿਸ਼ਤੇਦਾਰ ਲੈ ਜਾਵੇ, ਲਾਈਕ ਮੇਰਾ ਇਹ ਬ੍ਰਦਰ ਇਨ ਲਾ, ਉਹ ਲੈ ਕੇ ਜਾਂਦੇ ਹੁੰਦੇ ਸਮ ਟਾਈਮ, ਸੋ ਫਿਰ ਐਨੀਵੇ ਫਿਨਿਸ਼ ਹੋ ਜਾਂਦਾ ਜਲਦੀ। ਐਂਡ ਭਾਂਡੇ ਬਹੁਤ ਹੋ ਜਾਂਦੇ ਆ, ਕੰਮ ਬਹੁਤ ਵੱਧ ਜਾਂਦਾ ਸਾਗ ਦੇ ਨਾਲ। ਸੋ ਬਟ ਹੁਣ ਡਨ ਹੋ ਗਿਆ ਸਾਰਾ ਕੁਝ। ਅੱਜ ਮੇਰਾ ਕਿਚਨ ਦੇ ਵਿੱਚ ਮੋਰ ਦੈਨ 2 ਆਵਰਸ ਲੱਗਿਆ ਭਾਂਡਿਆਂ ਦੇ ਨਾਲ ਸਾਰਾ ਕੁਛ ਡਨ ਕਰਨ। ਸੋ ਹੁਣ ਮੈਂ ਕਰੂੰਗੀ ਐਡਿਟ, ਐਂਡ ਮੈਂ ਹੋਪ ਕਰਦੀ ਹਾਂ ਕਿ ਤੁਹਾਨੂੰ ਅੱਜ ਦੀ ਵੀਡੀਓ ਚੰਗੀ ਲੱਗੀ ਹੋਊਗੀ। ਐਂਡ ਪਲੀਜ਼ ਸਪੋਰਟ ਕਰ ਦਿਓ, ਸਬਸਕ੍ਰਾਈਬ ਕਰ ਲਿਓ ਜੇ ਤੁਸੀਂ ਨਵੇਂ ਆ ਮੇਰੇ ਚੈਨਲ 'ਤੇ, ਵੀਡੀਓਜ਼ ਨੂੰ ਚੈੱਕ ਕਰ ਲਿਓ, ਹੋਰ ਬਹੁਤ ਸਾਰੀਆਂ ਤੁਹਾਨੂੰ ਵੀਡੀਓਜ਼ ਮਿਲ ਜੂਗੀਆਂ। ਐਂਡ ਹੁਣ ਮੈਂ ਮਿਲੂੰਗੀ ਤੁਹਾਨੂੰ ਅਪਕਮਿੰਗ ਵੀਡੀਓ ਦੇ ਵਿੱਚ, ਤਦ ਤੱਕ ਤੁਸੀਂ ਖੁਸ਼ ਰਹਿਣਾ, ਆਪਣਾ ਧਿਆਨ ਰੱਖਣਾ, ਐਂਡ ਥੈਂਕਸ ਫੋਰ ਵਾਚਿੰਗ ਦਿਸ ਵੀਡੀਓ ਗਾਈਜ਼।